हेलो हेलो, दो मिनट दे दो बाबा जी। सत श्री अकाल पंजाबी, एक बार खुल के पंजाब पंजाबी ते पंजाब इना ते दाड़ी जो अज तक साडे दिलां चो निकल गई। सो दिलो इना ज्यादा प्यार इंग्लैंड ते पंजाबी नूं, लंडन की धरती जिथे आने साडे सूरवीर योधिया ने वो दिखाल दिता जो शायद देखना नहीं सी। सो एक बार साडे सूरवीर योधिया के नाम से ताड़ी एक बन we
ਸੋ ਹੁਣ ਪੰਜਾਬ ਦੇ ਉਹਨਾਂ ਲੋਕ ਤੱਥਾਂ ਦੀ ਗੱਲ ਜੋ ਸਾਡੇ ਬਜ਼ੁਰਗਾਂ ਦੇ ਕਈਆਂ ਹੋਈਆਂ ਗੱਲਾਂ ਦੇ ਕੱਢੇ ਹੋਏ ਆ, ਜਿਹਨੂੰ ਸ਼ਾਇਦ ਅਸੀਂ ਸੁਣਨਾ ਛੱਡ ਦਿੱਤਾ, ਸੁਣਦੇ ਨਹੀਂ, ਕਿਉਂਕਿ ਸੱਚ ਕੋਈ ਕੋਈ ਸੁਣ ਕੇ ਰਾਜੀ ਨਹੀਂ, ਕਿਉਂਕਿ ਸ਼ੀਸ਼ਾ ਵੀ ਕੋਈ ਕੋਈ ਵੇਖਦਾ। ਸੋ ਅੱਜ ਉਹਨਾਂ ਗੀਤਾਂ ਦੀ ਗੱਲ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਨੇ ਜਿਹੜਾ ਕਹੋ। ਸੋ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਕਲਾਕਾਰ ਬੜੇ ਸੋਹਣੇ, ਗੰਦ ਵਿਖਾਉਣ ਵਾਲੇ ਅਤੇ ਗੰਦ ਪਾਉਣ ਵਾਲੇ ਅਤੇ ਗੰਦ ਗਾਉਣ ਵਾਲੇ, ਸੋ ਅਸੀਂ ਉਹਨਾਂ ਵਿੱਚੋਂ ਨਹੀਂ ਹੈ, ਅਸੀਂ ਉਹ ਸੱਚ ਦੇ ਬਰੂਦ ਹਾਂ ਜਿੱਥੋਂ ਫੜਦੇ ਹਾਂ ਅਤੇ ਫਿਰ ਪੈਰਾਂ ਨੂੰ ਧਰਤੀ ਹਿਲਦੀ ਹੈ। ਅਤੇ ਅਪੀਲ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਬੜੇ ਆਰਾਮ ਨਾਲ ਇੱਕ ਸੱਚ ਨੂੰ ਸੁਣਨਾ, ਜਿਹੜੀ ਸਾਡੀ ਜ਼ਿੰਦਗੀ ਵਿੱਚ ਇਹ ਤੁਹਾਡੇ ਸਾਡੇ ਵਿੱਚੋਂ ਹੀ ਨਿਕਲਿਆ, ਗੌਰ ਕਰਿਓ, ਸ਼ਾਇਦ ਸਾਡੇ ਵਿੱਚੋਂ ਕਿਸੇ ਦੀ ਜ਼ਿੰਦਗੀ ਬਦਲ ਜੇ। ਸੱਚ ਦਾ ਸਾਥ ਦਿਓ, ਸੁਣਿਓ ਬੜੇ ਆਰਾਮ ਨਾਲ, ਪਲੀਜ਼। ਰਿਸ਼ਤਿਆਂ ਦੀ ਪਰਖ, ਕਿਉਂਕਿ ਰਿਸ਼ਤੇਦਾਰੀਆਂ ਅੱਜ ਕੱਲ ਪਰਖ ਮੰਗਣ ਲੱਗ ਗਈਆਂ। ਪਹਿਲਾਂ ਸੁਣੀਦਾ ਸੀਗਾ ਕਿ ਜਦੋਂ ਗੈਰ ਕੋਈ ਪਰਖਦਾ ਹੈ, ਕੋਈ ਦੁਸ਼ਮਣ ਪਰਖਦਾ ਹੈ, ਪਰ ਅੱਜ ਕੱਲ੍ਹ ਸਾਡੇ ਆਪਣੇ ਸਾਨੂੰ ਪਰਖ ਪੈਂਦਾ। ਸਲੋ ਜੀ, ਕਿਹੜੇ ਕਿਹੜੇ ਰਿਸ਼ਤਿਆਂ ਦੀ ਕਦੋਂ ਪਰਖ ਹੁੰਦੀ ਹੈ ਜਿਹੜਾ ਕਹੋ। ਸੋ ਇਹ ਦੁਨੀਆਦਾਰੀ ਦੀਆਂ ਗੱਲਾਂ ਸਾਡੇ ਵਿੱਚੋਂ ਨਿਕਲਦੀਆਂ ਨੇ। ਕਹਿੰਦਾ ਹੋ ਵਿੱਚ ਵੱਡਾ ਬੇਲੋੜ ਪੈਂਦੀ ਹੈ ਪੁੱਤ ਦੇ ਕੰਦੇ ਦੀ, ਉਹ ਸਮਾਂ ਐਸੀ ਇੱਕ ਚੀਜ਼ ਜੋ ਪਰਖ ਕਰਾ ਦੇ ਬੰਦੇ ਦੀ। ਜਦੋਂ ਅਸੀਂ ਇਹ ਚੀਜ਼ਾਂ ਸ਼ੁਰੂ ਕੀਤੀਆਂ ਸੀਗੀਆਂ, ਅਸੀਂ ਇੱਕ ਜਗ੍ਹਾ ਦਾ ਸਿਰ ਚੜਾਇਆ ਹੈ ਉਸ ਵਾਹਿਗੁਰੂ ਦੇ, ਕਿਉਂਕਿ ਉਹ ਸਾਰੀ ਦੁਨੀਆਂ ਨੂੰ ਸਾਂਭਣ ਵਾਲਾ ਹੈ, ਉਹੀ ਜੀਵਨ ਹੈ ਅਤੇ ਉਹੀ ਅੰਤ ਹੈ। ਚਾਹੇ ਦੁਨੀਆਂ ਸੁਣੇ ਚਾਹੇ ਨਾ ਸੁਣੇ, ਅਸੀਂ ਆਪਣਾ ਕੰਮ ਕਰਨਾ ਹੈ। ਸੋ ਕਹਿੰਦਾ ਹੋ ਵਿੱਚ ਵੱਡਾ ਬੇਲੋੜ ਪੈਂਦੀ ਹੈ ਪੁੱਤ ਦੇ ਕੰਦੇ ਦੀ, ਉਹ ਸਮਾਂ ਐਸੀ ਇੱਕ ਚੀਜ਼ ਜੋ ਪਰਖ ਕਰਾ ਦੇ ਬੰਦੇ ਦੀ, ਹੋ ਵਿੱਚ ਵੱਡਾ ਬੇਲੋੜ ਪੈਂਦੀ ਹੈ ਪੁੱਤ ਦੇ ਕੰਦੇ ਦੀ, ਉਹ ਸਮਾਂ ਐਸੀ ਇੱਕ ਚੀਜ਼ ਜੋ ਪਰਖ ਕਰਾ ਦੇ ਬੰਦੇ ਦੀ, ਉਹ ਜਦੋਂ ਮਾਂ ਪਿਓ ਘਰ ਚੋਂ ਕੱਢ ਹਦਾ ਦੀ ਪਾਇਆ ਜਾਂਦਾ ਏ, ਕਦੋਂ ਪਰਖੀ ਜਾਂਦੀ ਹੈ। ਹੋਇਆ ਜੇ ਕਦੇ ਗਰੀਬੀ ਤੇ ਭੁੱਲਣਾ ਪੈ ਜੇ ਸ਼ੌਰਤ ਨੂੰ, ਉਹ ਸੂਟ ਟਾਕੀਆਂ ਵਾਲੇ ਹੋਏ ਪਾਉਣੇ ਪੈ ਜਾਣੇ ਔਰਤ ਨੂੰ। ਕਿਸੇ ਚੀਜ਼ ਨੇ ਲਿਖਿਆ ਕਿ ਦਿਨ ਸਦਾ ਸਥਿਰ ਰਹਿੰਦੇ ਨੇ, ਚੰਗੇ ਮਾੜੇ ਆਉਂਦੇ ਨੇ। ਹੋਇਆ ਜੇ ਕਦੇ ਗਰੀਬੀ ਤੇ ਭੁੱਲਣਾ ਪੈ ਜੇ ਸ਼ੌਰਤ ਨੂੰ, ਉਹ ਸੂਟ ਟਾਕੀਆਂ ਵਾਲੇ ਹੋਏ ਪਾਉਣੇ ਪੈ ਜਾਣੇ ਔਰਤ ਨੂੰ, ਵੱਟ ਜਾਣ ਜਦੋਂ ਪਾਸਾ ਰਿਸ਼ਤੇਦਾਰ ਗਰੀਬੀ ਦੇ, ਉਹ ਫਿਰ ਔਰਤ ਪਰਖੀ ਜਾਂਦੀ ਹੈ ਯਾਰੋ ਵਿੱਚ ਗਰੀਬੀ ਦੇ, ਉਹ ਫਿਰ ਔਰਤ ਪਰਖੀ ਜਾਂਦੀ ਹੈ ਯਾਰੋ ਵਿੱਚ ਗਰੀਬੀ ਦੇ। ਉਹ ਰਿਸ਼ਤੇਦਾਰੀਆਂ ਕਾਹਦੀਆਂ, ਇੱਕ ਔਰਤ ਸਾਡਾ ਜੀਵਨ ਸਾਥੀ ਹੈ ਸੁੱਖਾਂ ਦੇ ਵਿੱਚ ਨਾਲ, ਜੇ ਦੁੱਖ ਆਉਣ ਸਾਨੂੰ ਛੱਡ ਕੇ ਚਲੀ ਜਾਵੇ ਉਹ ਜੀਵਨ ਸਾਥੀ। ਸੋ ਕਹਿੰਦਾ ਮਰਦ ਦੀ ਪਰਖ ਕਦੋਂ ਹੁੰਦੀ ਹੈ, ਉਹ ਸਹਿਰਿਆਂ ਨਾਲ ਲਿਆ ਦੀਨੂੰ ਜਦੋਂ ਮੱਝਦੇ ਬੁੱਲਾ ਹੋਏ, ਉੱਥੇ ਆਪ ਬੰਦੇ ਨੂੰ ਕਰਨਾ ਪਹਿਲੇ ਚੌਂਕਾ ਚੁੱਲਾ ਹੋਏ, ਸਹਿਰਿਆਂ ਨਾਲ ਲਿਆ ਦੀਨੂੰ ਜਦੋਂ ਮੱਝਦੇ ਬੁੱਲਾ ਹੋਏ,
ਤੇਰੂ ਕਰਨਾ ਪੈ ਜੇ ਚੌਂਕਾ ਚੁਲਾਵੇ ਨਾ ਦੂਜਾ ਵਿਆਹ ਕਰਵਾਵੇ ਆ ਜੇ ਜਾਨ ਸਕੰਡੇ ਤੇ ਉਹ ਫਿਰ ਪਤੀ ਮਰ ਗਿਆ ਜਾਂਦਾ ਔਰਤ ਜਦੋਂ ਪੈ ਜੇ ਮੰਜੇ ਤੇ ਉਹ ਫਿਰ ਪਤੀ ਮਰ ਗਿਆ ਜਾਂਦਾ ਔਰਤ ਜਦੋਂ ਪੈ ਜੇ ਮੰਜੇ ਤੇ ਸਾਡੇ ਬੜੇ ਸਤਿਕਾਰ ਜੋ ਚਾਚਾ ਜੀ ਕਰਮ ਭਾਜੀ ਬੜੇ ਵਧੀਆ ਸੁਭਾਅ ਦੇ ਮਾਲਕ ਸਾਡੇ ਗਿਆਨ ਸਾਹਿਬ ਤੇ ਸੁਰਿੰਦਰ ਭਾਈ ਦੇ ਬੜੇ ਜਾਂਦੇ ਬਹੁਤ ਪਿਆਰੇ ਮਿੱਤਰ ਸੋ ਪਰਮਾਤਮਾ ਚੜ੍ਹਦੀ ਕਲਾ ਬਖਸ਼ੀ ਕਹਿੰਦਾ ਅੱਗੇ ਵੀਰਾਂ ਦੀ ਭਰਤ ਕਦੋਂ ਹੁੰਦੀ ਕਹਿੰਦਾ ਘਰ ਵਿੱਚ ਭਾਵੇਂ ਕੰਧਾਂ ਮਾਰੀਆਂ ਹੋਣ ਵੀਰਾਂ ਨੇ ਸਾਡਾ ਮੰਨਣਾ ਹੈ ਕਿ ਦੁਨੀਆ ਦੇ ਜਿਨ੍ਹਾਂ ਆਪਣੇ ਮਾਪਿਆਂ ਨੂੰ ਪਿਆਰ ਧੀਆਂ ਕਰਦੀਆਂ ਨੇ ਸ਼ਾਇਦ ਸਾਡਾ ਪੁੱਤਰ ਨਹੀਂ ਗਾ ਪਰ ਸਾਡੀਆਂ ਧੀਆਂ ਕਿੱਥੇ ਆਣ ਕੇ ਗਲਤ ਹੋ ਜਾਂਦੀਆਂ ਨੇ ਜਦੋਂ ਕਿਸੇ ਗੈਰ ਦੇ ਮਗਰ ਲੱਗ ਪਿਆ ਜਿਹੜੀ ਸਿਰਾਂ ਦੇ ਪੱਗ ਬੰਨਦੇ ਆ ਜਿਹਨੂੰ ਸਤਾਰੀਏ ਕਮਾਉਂਦੇ ਆ ਇੱਜ਼ਤ ਕਮਾਉਂਦੇ ਆ ਉਹ ਸਿਰਫ ਸਾਡੇ ਧੀਆਂ ਪੁੱਤਰ ਜਦੋਂ ਧੀ ਘਰੋਂ ਨੱਸ ਜਾਵੇ ਜਾਂ ਪੁੱਤ ਵੈਲੀ ਬਣ ਜਾਵੇ ਫਿਰ ਪਰੇ ਪੰਜਾਂ ਤੱਕ ਖਲੋਣ ਜੋਗਾ ਇਨਸਾਨ ਨਹੀਂ ਰਹਿੰਦਾ ਚਾਹੇ ਹਜ਼ਾਰਾਂ ਕਿੱਲਿਆਂ ਦਾ ਮਾਲਕ ਹੈ ਸੋ ਕਹਿੰਦਾ ਜਿਹੜੀ ਧੀ ਇੱਦਾਂ ਦਾ ਕੰਮ ਕਰਦੀ ਹੈ ਉਹ ਕਦੇ ਪੁੱਤ ਨਹੀਂ ਬਣ ਸਕਦੀ ਕਹਿੰਦਾ ਸੋ ਜੇ ਸੱਚੀ ਦਿਲੋਂ ਚੰਗਾ ਲੱਗ ਰਿਹਾ ਤੇ ਇੱਕ ਵਾਰੀ ਖਿੱਚ ਕੇ ਤਾੜੀ ਪੰਜਾਬੀ ਮੈਂ ਦੂਜੀ ਸੰਗਤਾਂ ਦੀ ਗੱਲ ਨਹੀਂ ਕਰਦਾ ਪੰਜਾਬੀ ਇੱਕ ਐਸੀ ਕੌਮ ਹੈ ਮੈਂ ਇਸ ਕਰਕੇ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਦੁਨੀਆਂ ਦੇ ਚਾਹੇ ਕਿਸੇ ਵੀ ਕੋਨੇ 'ਚ ਜਾ ਕੇ ਬੈਠ ਜਾਈਏ ਚਾਹੇ ਬ੍ਰਹਿਮੰਡ ਦੇ ਕਿਸੇ ਵੀ ਗ੍ਰਹਿ 'ਤੇ ਜਾ ਕੇ ਬੈਠ ਜਾਈਏ ਪਰ ਜਿਹੜਾ ਪੰਜਾਬੀ ਆਪਣੀ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਖੁੱਲ ਜਾਂਦਾ ਹੈ ਉਹ ਪੰਜਾਬੀ ਨੂੰ ਮੈਂ ਗੱਲ ਕਰਦਾ ਕਿ ਸਾਡੇ ਵਿੱਚ ਪੰਜਾਬੀਅਤ ਰਹਿ ਗਈ ਹੈ ਪੰਜਾਬੀ ਨਹੀਂ ਸੋ ਅਸੀਂ ਪੰਜਾਬੀ ਪੰਜਾਬ ਦੇ ਵਾਸੀ ਉਦੋਂ ਸੰਪੂਰਨ ਹੋਵਾਂਗੇ ਜਦੋਂ ਸਾਨੂੰ ਆਪਣੀ ਮਾਂ ਬੋਲੀ ਮਿਲੇ ਸੋ ਮੇਰਾ ਇੱਕ ਸੁਪਨਾ ਹੈ ਸ਼ਾਇਦ ਪਤਾ ਨਹੀਂ ਮੈਨੂੰ ਨਹੀਂ ਲੱਗਦਾ ਪੂਰਾ ਹੋਵੇ ਕਿ ਜਿੱਦਾਂ ਇੰਟਰਨੈਸ਼ਨਲ ਭਾਸ਼ਾ ਬਣ ਗਈ ਹੈ ਇੰਗਲਿਸ਼ ਸ਼ਾਇਦ ਸਾਡੀ ਪੰਜਾਬੀ ਵੀ ਹੋਵੇ ਜਿਹਨੂੰ ਗੁਰੂਆਂ ਨੇ ਇੰਨਾ ਮਾਣ ਦਿੱਤਾ ਹੈ ਜਿਹਦੇ ਵਿੱਚ ਗ੍ਰੰਥ ਲਿਖੇ ਗਏ ਸਾਡੇ ਗੁਰੂਆਂ ਪੀਰਾਂ ਨੇ ਇਹਨਾਂ ਨੂੰ ਮਾਣ ਦਿੱਤਾ ਹੈ ਪਰ ਅਸੀਂ ਇਹਨੂੰ ਮਾਣ ਨਹੀਂ ਦਿੰਦੇ ਸਲੋ ਜੀ ਸਾਡੇ ਇਹਨਾਂ ਗੱਲਾਂ 'ਤੇ ਗੌਰ ਕਰਿਓ ਚਾਹੇ ਥੋੜ੍ਹਾ ਕਰਿਓ ਪਤਾ ਨਹੀਂ ਸਾਡੇ ਵਰਗੇ ਸਿੰਗਰਾਂ ਦੀ ਕਿੰਨੀ ਕੁ ਲਾਈਫ ਹੈ ਕਿਉਂਕਿ ਅਸੀਂ ਕੋਈ ਪੈਸੇ ਪੂਸੇ ਨਾਲ ਸਾਨੂੰ ਇੰਨਾ ਮੋਹ ਨਹੀਂ ਅਸੀਂ ਸਿਰਫ ਕਾਲਜ ਯੂਨੀਵਰਸਿਟੀ ਦੇ ਸੱਭਿਆਚਾਰ ਦੀ ਸੇਵਾ ਕਰਦੇ ਹਾਂ ਅਤੇ ਗੱਲ ਕਰਨ ਤੋਂ ਡਰਦੇ ਨਹੀਂ ਸਿਰਫ ਦੋ ਚੀਜ਼ਾਂ ਤੋਂ ਡਰਦੇ ਹਾਂ ਵਾਹਿਗੁਰੂ ਤੋਂ ਅਤੇ ਆਪਣੇ ਮਾਪਿਆਂ ਨੂੰ ਅਤੇ ਜੀ ਕੋਈ ਅਸੀਂ ਚੀਜ਼ ਨਹੀਂ ਬਣੀ ਜਿਹੜੀ ਸਾਨੂੰ ਡਰਾ ਦੇਵੇ ਤੇ ਜਿਹੜਾ ਗੌਰ ਕਰਿਓ ਠੀਕ ਹੈ ਉਹ ਸੱਜਣਾ ਨਾਲ ਮਾਰ ਨਾ ਕਰੀਏ
ਪਿਆਰ ਨਾ ਕਰੀਏ, ਸੱਜਣਾ ਨਾਲ ਮਾਰ ਨਾ ਕਰੀਏ, ਮੁੱਲ ਲੱਗ ਦੇ ਪਿਆਰ ਨਾ ਕਰੀਏ, ਪਤਨੀ ਜੇ ਪਿਆਰ ਨੀ ਮਿਲਦਾ ਬਾਹਰੋਂ ਲੱਖ ਚਾਹੁਣਗੀਆਂ, ਘਰ ਜਾ ਕੇ ਗੌਰ ਕਰ ਲਿਆ ਸ਼ੇਰੀ ਦਾ।
ਗੱਲੋ ਪਿਆਰ ਦੀ ਸਾਰੇ ਪੰਜਾਬੀਆਂ ਨੂੰ। ਸੋ ਕਹਿੰਦਾ ਇਹ ਸ਼ੇਰ ਸੀਗਾ, ਜਰਾ ਗੌਰ ਕਰੋ ਇਸ ਸ਼ੇਰ ਦੀ ਗੱਲ। ਸੋ ਸਾਨੂੰ ਪਰਮਾਤਮਾ ਦੀ ਬਾਣੀ ਵਿੱਚ ਲਿਖਿਆ ਕਿ ਜੇ ਤੁਸੀਂ ਆਪਣੇ ਜਿਉਂਦੇ ਜੀ ਆਪਣੀ ਜ਼ਿੰਦਗੀ ਵਿੱਚ ਇੱਕ ਦੋ ਰੂਹਾਂ ਬਚਾ ਲਏ ਤਾਂ ਤੁਹਾਡਾ ਉੱਪਰ ਪਰਮਾਤਮਾ ਦੇ ਵਹੀ ਖਾਤੇ ਵਿੱਚ ਖਾਤਾ ਲਿਖਿਆ ਜਾਂਦਾ ਹੈ। ਸੋ ਤੁਸੀਂ ਜਿੰਨੇ ਵੀ ਜਾਣੇ ਬੈਠੇ ਹੋ, ਜੇ ਸਾਡੀਆਂ ਗੱਲਾਂ ਸਾਡਾ ਸੱਚ ਸੁਣ ਕੇ ਜੇ ਇੱਕ ਜਾਣੇ ਨੇ ਆਪਣਾ ਜੀਵਨ ਬਦਲ ਲਿਆ ਤਾਂ ਸਾਡਾ ਗਾਉਣਾ ਸਫਲ ਹੋ ਜਾਊਗਾ। ਸੋ ਆ ਸੁਣਿਓ ਸੱਚ ਕੀ ਕਹਿੰਦਾ ਹੈ। ਕਹਿੰਦਾ ਜਿਹੜੇ ਤੁਹਾਡੀ ਆਪਣੀ ਭੈਣ ਨੂੰ ਆਪਣੀ ਭੈਣ ਸਮਝਦੇ ਨੇ, ਨਹੀਂ ਤਾਂ ਜ਼ਿਆਦਾਤਰ ਆਪਣਾ ਹੀ ਮਾਰਦਾ। ਸੋ ਯਾਰੀਆਂ ਦੇ ਨਾਂ ਤੇ ਇੱਕ ਗੀਤ ਸੋ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਨੂੰ ਪਰਮਾਤਮਾ ਨੇ ਆਵਾਜ਼ਾਂ ਵੀ ਬਹੁਤ ਬੁਲੰਦ ਦਿੱਤੀਆਂ, ਉਹਦਾ ਧੰਨਵਾਦ ਕਰਦੇ ਹਾਂ ਵੀ ਸਾਡੇ ਕੋਲ ਜਿਹੜੀ ਸੇਵਾ ਕਰਵਾ ਰਿਹਾ ਪਰਮਾਤਮਾ ਸੱਚ ਦੀ, ਸਭ ਤੋਂ ਵੱਧ ਇਸ ਦਾ ਧੰਨਵਾਦ ਕਰਦੇ ਹਾਂ ਕਿ ਸਾਡੀ ਇੰਨੀ ਉਮਰ ਨਹੀਂ ਜਿੰਨੀ ਸਾਡੇ ਤੋਂ ਉਹਨੇ ਸੇਵਾ ਲੈ ਰਿਹਾ ਹੈ, ਸਾਡੇ ਜੀ ਲੋਕਾਂ ਨੂੰ ਸਮਝਾ ਰਿਹਾ, ਬੜਾ ਧੰਨਵਾਦ ਕਰਦੇ ਹਾਂ ਉਸ ਪਰਮਾਤਮਾ ਦਾ। ਜੇ ਅਸੀਂ ਇੰਨੇ ਛੋਟੇ ਹੋ ਕੇ ਇੰਨੀ ਵੱਡੀ ਸੋਚ ਸੋਚ ਸਕਦੇ ਹਾਂ, ਤੁਸੀਂ ਤਾਂ ਫਿਰ ਵੀ ਪੜ੍ਹੇ ਲਿਖੇ ਹੋ, ਬਾਹਰ ਦੇ ਮੁਲਕਾਂ 'ਚ ਬੈਠੇ ਹੋ, ਸੁਣਿਓ ਕਿਹਦਾ ਪਿੱਛਾ ਨਾ ਕਦੇ
ਪੰਜ
ਪੰਜ ਪੁੱਤਰ ਹੁੰਦੇ ਆ ਮਾਂ ਪੇਠੇ ਦੇ ਖਾਣਗੇ ਹੋਏ ਪੁੱਤ ਸਰਵਣ ਵਰਗੇ ਨਹੀਂ ਲੱਭਣੇ ਸੌਦੇ ਦੇ ਵੀਰ ਜਿਸ ਘਰ ਵਿੱਚ ਆਓ ਜਾਤ ਦੀ ਪ੍ਰਧਾਨਗੀ ਹੈ ਉਹ ਘਰਾਂ 'ਚ ਵੀ ਨਹੀਂ ਤੇ ਕੱਲ ਨਹੀਂ ਸੋ ਕਹਿੰਦੇ ਕਿਉਂਕਿ ਔਰਤ ਜਿਹੜੀ ਘਰ ਨੂੰ ਸਾਂਭਦੀ ਹੈ ਤੇ ਔਰਤ ਘਰ ਨੂੰ ਜਾਣਦੀ ਹੈ ਜੇ ਚੰਗੀ ਹੈ ਭਾਈਆਂ ਵਿੱਚ ਪਿਆਰ ਪਾਉਣ ਵਾਲੀ ਹੈ ਫਿਰ ਤੇ ਫਰਸ਼ਾਂ ਫਰਸ਼ਾਂ ਤੇ ਤੇ ਜੇ ਕੰਧਾਂ ਮਾਰਨ ਵਾਲੀ ਹੈ ਫਿਰ ਅਰਸ਼ਾਂ ਤੋਂ ਫਰਸ਼ਾਂ ਤੇ ਆਉਣ ਲੱਗੀਆਂ ਟਾਈਮ ਨਹੀਂ ਲੱਗਦਾ ਕਹਿੰਦਾ ਭਾਈਆਂ ਵਿੱਚ ਵੈਰ ਪਵਾਦੇ ਹੁੰਦੀ ਉਹ ਨਾਰ ਬੁਰੀ ਕਰਦੇ ਘਰ ਖੇਰੂ ਖੇਰੂ ਰੱਖੇ ਜੋ ਖਾਰ ਬੁਰੀ ਚੜ ਗਿਆ ਜੇ ਹੋ ਜਾਓ ਨਾ ਚਲੋ ਕੋਹੜ ਕਲਜੁਗ ਸਿਖਰੇ ਚੜ ਗਿਆ ਜੇ
ਤੇ ਸੁੱਚੀ ਥਾਂ ਤੇ ਛਿੱਤਰ ਚੜ ਗਿਆ ਜੇ ਇਹ ਦੁਨੀਆ ਹੋ ਜਾਊ ਨਾਸ਼ ਲੋਕ ਹੁਣ ਕਲ ਜੋ ਸਿਖਰੇ ਚੜ ਗਏ ਸੁੱਚੀ ਥਾਂ ਤੇ ਛਿੱਤਰ ਸਾਡਾ ਮੰਨਣਾ ਹੈ ਕਿ ਵਰਲਡ ਇਸ ਦੁਨੀਆ ਦੇ ਵਿੱਚ ਇਸ ਬ੍ਰਹਿਮੰਡ ਚ ਸਭ ਤੋਂ ਕੋਈ ਪਵਿੱਤਰ ਜਗ੍ਹਾ ਹੈ ਉਹ ਸ੍ਰੀ ਹਰਿਮੰਦਰ ਸਾਹਿਬ ਜਿਸ ਨੂੰ ਪਰਮੇਸ਼ਵਰ ਨੇ ਆਪ ਗੁਰੂਆਂ ਨੂੰ ਸੇਵਾ ਲਾ ਕੇ ਬਣਾਇਆ ਸੋ ਸਮਝਦੀ ਸਰਕਾਰ ਇਹੋ ਜਿਹਾ ਮੈਂ ਆਪਣੇ ਕੋਲ ਮੇਰੇ ਘਰ ਵਿੱਚ ਇੰਨੀਆਂ ਗੱਡੀਆਂ ਲੱਗੀਆਂ ਨੇ ਬੁਲਟ ਲੱਗੀ ਮੈਨੂੰ ਕਿਹਾ ਕਿ ਵੀ ਜੰਦ ਦੇਵੀ ਜ਼ਮੀਨ ਏਅਰਪੋਰਟ ਦੇ ਅੰਦਰ ਆ ਗਈ ਹੈ ਜਾਂ ਕਲੋਨੀਆਂ ਬਣ ਗਈਆਂ ਨੇ ਇਸ ਲਈ ਜਦ ਵੇਖਣਾ ਤਾਂ ਮੇਰੇ ਕੋਲ ਹੁੰਦੇ ਨੇ ਜਿਹਨਾਂ ਬੜੀ ਕਮਾਈ ਕੀਤੀ ਹੈ ਪਰ ਸਾਰੇ ਇੱਕੋ ਜਿਹੇ ਨੇ ਪੰਜ ਉਮਰ ਇੱਕੋ ਜਿਹੇ ਸੋ ਅੱਗੇ ਕੀ ਕਹਿੰਦਾ